ਬਸ ਕੁਛ ਨਹੀਂ ਵੀਰ ਜੀ, ਮਤਲਬ 2 ਤਰੀਕ ਨੂੰ ਰਾਤ ਤੋਂ ਇੱਥੇ ਚੱਲੇ ਹਾਂ ਜੀ ਅਸੀਂ, ਅਤੇ 3 ਤਰੀਕ ਦੀ 5 ਵਜੇ ਐਕਸੀਡੈਂਟ ਹੋਇਆ ਜੀ ਸੁਬਹਾ ਪਿੱਪਲੀ ਕੋਲ ਜਾ ਕੇ। ਟਰਾਲੀ ਦੇ ਵਿੱਚ ਫਿਰ ਹੋਰ ਕਿੰਨੇ ਜਾਣੇ ਮੌਜੂਦ ਸੀ ਤੁਹਾਡੇ ਤੋਂ ਇਲਾਵਾ? ਮੇਰੇ ਤੋਂ ਇਲਾਵਾ 3 ਜਣੇ ਟਰੈਕਟਰ 'ਤੇ ਸੀ ਅਤੇ 5 ਜਣੇ ਟਰਾਲੀ 'ਤੇ ਸੀ। ਵੀ ਸੱਟ ਰੀੜ੍ਹ ਦੀ ਹੱਡੀ ਫੈਕਚਰ ਹੋ ਗਈ ਸੀ, ਪਲੇਟਾਂ ਪਈਆਂ ਨੇ, ਪਲੇਟਾਂ 'ਤੇ ਨੱਟ ਪਏ ਹੋਏ ਨੇ ਵਿੱਚ, ਉਹਦੇ ਕਰਕੇ ਥੱਲੜਾ ਹਿੱਸਾ ਪੈਰਾਲਾਈਜ਼ ਹੋ ਗਿਆ ਜੀ ਰੀੜ੍ਹ ਦੀ ਹੱਡੀ ਫੈਕਚਰ ਹੋਣ ਕਰਕੇ। ਹੁਣ ਬਾਈ ਜਿਵੇਂ ਮੈਂ ਥੱਲੇ ਤੁਹਾਨੂੰ ਚੂੰਟੀ ਵੱਡਾ ਜਾਂ ਕੁਛ ਟੱਚ ਕਰਾਂ ਤਾਂ ਤੁਸੀਂ ਉਸ ਚੀਜ਼ ਨੂੰ ਸੈਂਸ ਕਰ ਸਕਦੇ ਹੋ, ਪਤਾ ਲੱਗਦਾ ਉਸ ਚੀਜ਼? ਨਹੀਂ ਹੈ ਵੀਰ ਜੀ, ਕੁਛ ਨਹੀਂ, ਬਿਲਕੁਲ ਨਹੀਂ ਪਤਾ। ਨਹੀਂ ਯਾਨੀ ਕਿ ਜੇ ਅੰਗੂਠੇ ਹਿਲਾਉਣੇ ਚਾਹੋ ਤੁਸੀਂ? ਨਹੀਂ ਕੁਛ ਨਹੀਂ ਹਿਲਦਾ ਵੀਰੇ ਹਲੇ। ਸੱਟ ਲੱਗਣ ਤੋਂ 1 ਸਾਲ ਪਹਿਲਾਂ ਦਸੰਬਰ 'ਚ ਆਪਰੇਸ਼ਨ ਕਰਾਇਆ ਸੀ ਜੀ ਗੋਡੇ ਦਾ। ਪਹਿਲਾਂ 2 ਸਾਲ ਗੋਡੇ ਤੋਂ ਵੀ ਬੈਠਾ ਰਿਹਾ, ਲੀਗਾਮੈਂਟ ਟੁੱਟਿਆ ਹੋਇਆ ਸੀ, 2 ਸਾਲ ਗੋਡੇ ਕਰਕੇ ਵੀ ਨਹੀਂ ਖੇਡਿਆ। ਪਰ ਹਾਂਜੀ, ਖੇਡਣ ਕਰਕੇ ਹੋਇਆ ਸੀ ਤਾਂ ਜੀ, 2 ਸਾਲ ਗੋਡੇ ਕਰਕੇ ਵੀ ਨਹੀਂ ਖੇਡਿਆ। ਉਹ ਤੋਂ ਬਾਅਦ ਆਪਰੇਸ਼ਨ ਕਰਾਇਆ ਸੀ, ਐਤਕੀ ਸੈੱਟ ਆਇਆ ਸੀ, 2-4 ਮਹੀਨੇ ਖੇਲੇ ਸੀ ਐਕਸੀਡੈਂਟ ਤੋਂ, 4 ਮਹੀਨੇ ਪਹਿਲਾਂ ਵੀ ਖੇਡ ਕੇ ਆਇਆ ਫਿਰ ਪਾਸੋਂ। ਅੱਜ ਬਾਈ ਹੁਣ ਉਹ ਟਾਈਮ ਨੂੰ ਯਾਦ ਕਰਦੇ ਹੋ ਵੀ 8-9 ਸਾਲਾਂ ਦਾ ਜਿਹੜਾ ਸਫ਼ਰ ਸੀਗਾ ਤੈਅ ਕੀਤਾ ਸੀਗਾ, ਮਿਹਨਤ ਕੀਤੀ ਸੀ, ਸਰੀਰ ਬਣਾਇਆ ਸੀਗਾ, ਗੇਮ ਬਣਾਈ? ਵੀਰ ਜੀ ਹੁਣ ਵੀ ਹੁੰਦਾ ਵੀ ਠੀਕ ਹੋਈਏ, ਜਲਦੀ ਤੋਂ ਜਲਦੀ ਗਰਾਊਂਡ ਨਾਲ ਜੁੜੀਏ, ਦੁਬਾਰਾ ਖੇਡ ਭਾਵੇਂ ਨਾ ਸਕੀਏ ਪਰ ਗਰਾਊਂਡ ਨਾਲ ਤਾਂ ਜੁੜ ਸਕੀਏ, ਇੰਨੇ ਜੋਗੇ ਕਰ ਦੇਵੇ ਪਰਮਾਤਮਾ। ਬੰਦੇ ਦਾ ਕਹਿੰਦੇ ਜੇ ਅੰਦਰੋਂ ਹੌਸਲਾ ਹੋਵੇ ਨਾ ਤਾਂ ਕਹਿੰਦੇ ਮਰਿਆ ਬੰਦਾ ਵੀ ਉੱਠ ਖੜਾ ਹੁੰਦਾ, ਪੂਰੇ ਦਾ ਮਨ ਕਰਦਾ ਵੀ ਮੈਂ ਨਹੀਂ ਉੱਠੂੰਗਾ, ਹੌਸਲਾ ਹੈ ਵੀਰੇ ਵੀ ਹੁਣ ਵੀ ਨਹੀਂ ਯਾਰ, ਕਿੱਡੀ ਵੀ ਗੱਲ ਹੋਵੇ ਐਡੀਆਂ ਲੜਾਈਆਂ ਲੜੀਆਂ ਨੇ, ਆਹ ਵੀ ਲੜਾਈ ਲੜ ਕੇ ਦਿਖਾਵਾਂ? ਨਾ ਨਾ, ਹੌਸਲਾ ਪੂਰਾ ਹੀ, ਹੌਸਲੇ ਕਰਕੇ ਹੀ ਬੈਠੇ ਹਾਂ ਜੀ ਆਪਾਂ, ਹੌਸਲੇ ਕਰਕੇ ਬੈਠੇ ਭਰਾ, ਚੱਲਾਂਗੇ ਜ਼ਰੂਰ ਆਪਣੇ ਜੋਗੇ ਤਾਂ ਹੋਵਾਂਗੇ ਯਾਰ, ਹੋਰ ਨਹੀਂ ਕੁਛ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਿੰਘ ਬੱਲ, ਪੰਜਾਬ ਨਿਊਜ਼ ਦੇਖ ਰਹੇ ਹਾਂ, ਤੁਹਾਡਾ ਸਵਾਗਤ ਕਰਦਾ, ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਕਿਸਾਨੀ ਸੰਘਰਸ਼ ਦੀ ਜੇ ਗੱਲ ਕਰਾਂ, ਕਿਸਾਨੀ ਸੰਘਰਸ਼ ਇੱਕ ਐਸਾ ਮਹਾਕੁੰਭ ਛਿੜਿਆ ਸੀ ਜਿਸ ਨੂੰ ਚੱਲਦੇ ਨੂੰ ਵੀ ਤਕਰੀਬਨ 26 ਤਰੀਕ ਨੂੰ 9 ਮਹੀਨੇ ਹੋ ਜਾਣੇ ਨੇ। ਇੱਕ ਬਹੁਤ ਵੱਡਾ ਮਹਾਕੁੰਭ ਸੀਗਾ, ਜਦ ਦਿੱਲੀ ਕੂਚ ਗੱਲ ਕਰੀ ਗਈ ਸੀ ਕਿਸਾਨ ਯੂਨੀਅਨਾਂ ਵੱਲੋਂ, ਕਿਹਾ ਸੀਗਾ ਕਿ 26 ਤਰੀਕ ਨੂੰ ਦਿੱਲੀ ਕੂਚ ਕੀਤਾ ਜਾਣਾ ਆ, ਸ਼ੰਭੂ ਬੈਰੀਅਰ ਟੁੱਟੇ ਸੀਗੇ, ਉਸ ਤੋਂ ਬਾਅਦ ਸਿੰਘੂ ਤੱਕ ਦਾ ਜੋ ਸਫ਼ਰ ਸੀਗਾ ਉਹ ਕਿਸ ਤਰੀਕੇ ਨਾਲ ਤੈਅ ਕੀਤਾ ਸੀਗਾ ਇਹ ਸ਼ਾਇਦ ਕਿਸਾਨ ਜਾਣਦੇ ਨੇ, ਜਾਂ ਉਹਨਾਂ ਦੇ ਵਿੱਚ ਸ਼ਾਮਿਲ ਜਿਹੜੇ ਯੂਥ ਸੀਗਾ, ਹਰਿਆਣਾ ਭਾਈਚਾਰਾ ਸੀਗਾ ਜਾਂ ਹੋਰ ਨਾਲ ਦੇ ਜਿਹੜੇ ਲੋਕ ਸੀਗੇ ਇਕੱਠੇ ਹੋਏ ਸੀਗੇ, ਉਹ ਜਾਣਦੇ ਨੇ ਕਿ ਉਹ ਸਫ਼ਰ ਉਹਨਾਂ ਨੇ ਕਿਸ ਤਰੀਕੇ ਨਾਲ ਤੈਅ ਕੀਤਾ ਸੀਗਾ। ਉਸ ਤੋਂ ਬਾਅਦ ਸਿੰਘੂ ਬਾਰਡਰ ਪਹੁੰਚੇ ਨੇ ਅਤੇ ਸਿੰਘੂ ਬਾਰਡਰ 'ਤੇ ਵੀ ਹੁਣ ਬੈਠਿਆਂ ਨੂੰ ਤਕਰੀਬਨ ਜਿਹੜਾ ਆ 9 ਮਹੀਨੇ ਹੋਣ ਵਾਲੇ ਨੇ, ਸ਼ਹਾਦਤਾਂ ਕਿੰਨੀਆਂ ਹੋ ਚੁੱਕੀਆਂ ਨੇ, ਅਤੇ ਸ਼ਹਾਦਤਾਂ ਹੀ ਨਹੀਂ ਸਿਰਫ ਕਈ ਚੀਜ਼ਾਂ ਤਾਂ ਐਸੀਆਂ ਵਰਤੀਆਂ ਨੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕਿ ਸ਼ਾਇਦ ਹੀ ਉਹ ਉਸ ਚੀਜ਼ ਨੂੰ ਕਦੇ ਭੁਲਾ ਸਕਣ। ਕਿਸਾਨੀ ਸੰਘਰਸ਼ ਦੇ ਵਿੱਚ ਹਰ ਇੱਕ ਬੰਦਾ ਚਾਹੁੰਦਾ ਸੀਗਾ, ਕਿਉਂਕਿ ਗੱਲ ਇਹ ਕੀਤੀ ਜਾਂਦੀ ਸੀ ਕਿ ਮਰੀਆਂ ਜ਼ਮੀਰ ਵਾਲੇ ਜਿਹੜੇ ਨੇ ਉਹ ਘਰ ਬੈਠੇ ਨੇ, ਹਾਲੇ ਵੀ ਜਿਹੜੇ ਬਾਹਰ ਨਹੀਂ ਨਿਕਲ ਰਹੇ ਉਹ ਮਰੀਆਂ ਜ਼ਮੀਰ ਵਾਲੇ ਨੇ। ਉਸ ਟਾਈਮ ਦੇ ਵਿੱਚ ਕੁਛ ਐਸੀਆਂ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ, ਬਾਕੀ ਲੋਕਾਂ ਦੇ ਮਨਾਂ ਦੇ ਵਿੱਚ ਵੀ ਐਸਾ ਦਰਦ ਹੁੰਦਾ ਸੀਗਾ ਕਿ ਅਸੀਂ ਜਾ ਕੇ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਿਲ ਹੋਈਏ, ਆਪਣਾ ਯੋਗਦਾਨ ਪਾ ਕੇ ਆਈਏ। ਲੋਕ ਜਾਂਦੇ ਸੀ ਬਥੇਰੀਆਂ ਐਸੇ, ਕਿਉਂਕਿ ਰਸਤਾ ਇੰਨਾ ਕੁ ਲੰਬਾ ਸੀਗਾ, ਇੱਕ ਟਾਈਮ ਠੰਡ ਦਾ ਹੁੰਦਾ ਸੀ, ਧੁੰਦ ਪੈਂਦੀ ਹੁੰਦੀ ਸੀਗੀ, ਉਹ ਟਾਈਮ ਦੇ ਵਿੱਚ ਕਈ ਦੁਰਘਟਨਾਵਾਂ ਐਸੀਆਂ ਹੋਈਆਂ ਨੇ ਜਿਹੜੀਆਂ ਸ਼ਾਇਦ ਹੀ ਭੁਲਾਈਆਂ ਜਾ ਸਕਣ। ਪਤਾ ਨਹੀਂ ਕਿੰਨੇ ਨੌਜਵਾਨਾਂ ਨੇ, ਕਿੰਨੇ ਬਜ਼ੁਰਗਾਂ ਨੇ, ਕਿੰਨੀਆਂ ਬੀਬੀਆਂ ਨੇ ਜਿਹੜੀਆਂ ਨੇ ਆਪਣੀਆਂ ਜਾਨਾਂ ਗਵਾਈਆਂ, ਸ਼ਹਾਦਤਾਂ ਦਿੱਤੀਆਂ ਜਾਂਦੇ ਵੇਲਿਆਂ ਨੇ ਵੀ। ਇੱਕ ਬੱਚਾ ਸੀਗਾ ਜਿਸ ਦੀ ਕੁਛ ਸਮੇਂ ਬਾਅਦ ਹੀ
अमेरिका की फ्लाइट सी उसका भी जिहड़ा आ उसकी भी शहादत हो चुकी सी जदों दिल्ली वाल जा रहा सीगा ट्राली दे विच बैठा सीगा। अज मैं तुहानू पिंड सैंपली दे विच लैके आया आ, यह बडाली दे बिल्कुल नज़दीक आ, चुन्नी तो भी नज़दीक पैंदा आ पिंड, यह तकरीबन इक्को जिहा डिस्टेंस आ। तो सैंपली पिंड विच आउण दा खास कारण है कि इत्थे दे वीर कबड्डी प्लेयर रहे ने, बड़े वधिया कबड्डी प्लेयर रहे ने पूरा बाई। अज मेरे नाल ने कुछ ऐसा वाक्य किसानी संघर्ष के दौरान उन्हां नाल भी होया कि शायद वह भी ना भुला पाण, याद करते ने अज भी टाइम। पर मैं चाहना शायद जिवें मैं पहला गलबात की, काफ़ी मीडिया चैनल्स इस चीज़ तो हजे दूर ने, वो पता नहीं क्यों, बाकी कई सितारे भी आ चुके ने बई जिद परसनली मदद भी करके गए ने बई आके हाल चाल पुछ के भी जाते हैं, वो भी सारी गलबात करा वीरे। वीरे सत श्रीकाल, ठीक ठाक हो चढ़ती कला चो? सत श्रीकाल वीरे। हाँ जी वीर जी, चढ़ती कला चो, कृपा महाराज की। चलो कृपा ही चाहिए वीरे। शुरुआत करते हैं वीरे, पूरा कबड्डी प्लेयर रहा है, कबड्डी खेडता हों है ना, जब दसिया कि जब वाका होया भी 3 तरीक की गल आ बई, कि तरीक न होया? 3 दसंबर 2020। जब संघर्ष में मेरे ख्याल ना 5-6 दिन की होए सी? हाँ जी वीर जी, इन्ने दिन होए सी। पूरा वाक्य होया किवें सी सानू दसो? बस कुछ नहीं वीर जी, मतलब 2 तरीक नूं रात तों इत्थे चले जी असीं, ते 3 तरीक दी 5 बजे असीं रेंट होया जी सुबह पिपली कोल जाके। पिपली कोल जाके पता लग कुछ नहीं लगे वीर जी, पिछों तरपाल गेरी हुई सी ट्राली दी, ट्राली दे विच बैठे सी, ट्रक वाले ने आके टक्कर मारी पिछों। अच्छा। एकदम ही बस पता ही नहीं लग्या कुछ, मतलब सड़क ते लग्या ते लगदी सारी दर्द शुरू हो जांदा। एक टाइम ठंड दा, इदां लगदा भी उदां उत्थे भी थलड़ा हिस्सा कट गया, वख हो गया, या हथ ला के देखदा, उह तों बाद तां हिलिया नहीं जांदा वीरे, उत्थे सड़क ते लगदी सारे सुन्न हो जांदा थलड़ा हिस्सा। अच्छा, उस ट्राली दे विच फिर होर किन्ने जणे मौजूद सी तुहाडे तों अलावा? मेरे तों अलावा 3 जणे ट्रैक्टर ते सी, तो 5 जने ट्राली सी असीं। फिर जब यह हादसा होया, ट्रक ने पिछों आके फेट मारी है, विच वज्जिया ट्रक, तो जिहड़े बाकी जिहड़े नाल दे तुहाडे सीगे दोस्त मित्र जिहड़े बैठे सीगे 8 जने जिहड़े तुसीं दस कर रहे हो, 3 जने ट्रैक्टर सीगे, फिर उन्हां दे भी सट्टां फेटां लगियां होणगियां? हाँ जी वीर जी, एक दे थोड़ी जिहा मतलब ज़्यादा सी, मतलब बाकियां दे थोड़ियां बहुतियां झरीटां सी, बाकी ठीक सी, मेरी ही लगी है सट ज़्यादा वीर जी। मैं हुण दर्शकां नूं दिखा देवां कि वीरे आप उपरों दिखा रहे सी, वीरे की बॉडी थलों दिखाउण की कोशिश की जाए, वीरे दे सट ऐसी लगी कि व्हील चेयर ते आ गया वीरा, हुण वीरा बिल्कुल भी तुर फिर नहीं पाउंदा, कोशिश करदे ने हजे, पर मैं उम्मीद भी करदा कि दोबारा फिर तो बई जिहड़े ने तुरदे फिरदे होणगे। ये थले हुण वीरे प्रॉब्लम कित्थों आई सी, की मतलब कि होया वीर, सट लगी कित्थे पहली गल तां? वीर जी, सट रीढ़ दी हड्डी फ्रैक्चर हो गई सी, प्लेटां पईआं ने, प्लेटां ते नट पए होए ने विच, उहदे करके थलड़ा हिस्सा पैरालाइज हो गया जी, रीढ़ की हड्डी फ्रैक्चर होने करके। हुण बई जिवें जे मैं थले तुहानू चूंटी वड्डा या कुछ टच करा तो तुसीं उस चीज़ नू सेंस कर सकदे हो? पता लगदा उस चीज़ टेंशन नहीं है वीर जी, कुछ नहीं, बिल्कुल नहीं पता लगदा, यानी कि जे गूठे हिलाने चाहो तुसीं? नहीं कुछ नहीं हिलदा वीरे हले। अच्छा, ते काफ़ी लंबा टाइम हो गया मेरे ख्याल नाल बई, हुण तां 7-8 महीने हो चुके, 9 महीने 3 तरीक नू आने वाली, 3 तरीक नू 9 महीने हो जाने पूरे, 9 सितंबर। हाँ, 3 महीने 9 महीने हो जाने जी, क्योंकि बाई दी पुरानी फोटो तुहाडी टीवी स्क्रीनस ते चल रही होणगियां, वी तुसीं ओह वेख रहे होंगे, तो वीरा अज बैठा तुहाडे सामने, जिवें तुसीं दस रहे सी वीरे कुछ दिन पहलां ही तुसीं टूरनामेंट खेड के आए सीगे भादसो पिंड। हाँ जी वीर जी, मतलब इस तों सट लगन तो 1 साल पहलां दसंबर 'च ऑपरेशन कराया सी जी गोडे दा, पहलां 2 साल गोडे तों भी बैठा रहा, लीगामेंट टुटा हुआ जी, 2 साल गोडे करके भी नहीं खेडिया, पर हाँ जी खेडन करके होया जी, उदां ही। अच्छा, 2 साल गोडे करके भी नहीं खेडिया, उसके बाद ऑपरेशन कराया सी, ऐतकी सैट आया सी, 2-4 मेले खेलिया सी, एक्सीडेंट तो 4 दिन पहला भी खेड के आया वीर पासों, उत्थे मतलब वधिया प्रदर्शन रहा, मतलब सट तो बाद खेलिया सी, मतलब वधिया प्रदर्शन रहा, उस तो बाद की पता सी भी 4 दिन बाद ये कुछ हो जाना, खेडन लगे होंगे बई केरां तां मना ही करदा होगा भी नहीं भी पूरे हुण तां लोट हो गई गड्डी भी हुण फिर, हाँ जिहड़ी जिहड़ी दिक्कत सी ऑपरेशन कराया ना हुण चलो सैट होण लग गई। हाँ जी हाँ जी वीर जी, पर सोचिया सी बई आह चीज़ बारे करे? नहीं नहीं वीर जी, आह चीज़ बारे इस तां चलो तुहानूं पता ही है भी असीं तां सोचदे भी चलो 2-4 दिन ला के आऊंगे, उत्थे इहनां ने भी सेवा करेंगे, लंगर पाणी लेके जा रहे सी जी पिंडों, इहनां ने सेवा करेंगे, इहनां ने 2-4 दिन, उस तों बाद भी अपना रेगूलर ही मेले खेलूंगे, स्टार्ट हो जाने भी टूरनामेंट भी, लॉकडाउन भी खत्म हो रहा भी, उस तों बाद टूरनामेंट स्टार्ट कर देंगे भी, 2-4 दिन दिल्ली लाए उन्हें।
ਪੂਰੇ ਵੀਰੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਆਪਣੇ ਹੁਣ? ਪਰਿਵਾਰ ਦੇ ਵਿੱਚ ਦੋ ਭਰਾ ਨੇ ਜੀ ਮੇਰੇ ਵੱਡੇ, ਮੰਮੀ ਡੈਡੀ, ਭਾਬੀ ਜੀ ਭਤੀਜਾ। ਅਤੇ ਉਹ ਕੀ ਕੰਮ ਕਰਦੇ ਨੇ ਵੀਰੇ ਹੁਣੀ? ਇੱਕ ਭਰਾ ਮਤਲਬ ਡੀਜਿਆਂ ਡੂਜਿਆਂ ਦਾ ਕੰਮ ਹੈ ਜੀ, ਫੋਨ ਫਾਨ ਰਿਪੇਅਰ ਕਰਦਾ, ਮੋਬਾਈਲ ਰਿਪੇਅਰ। ਅਤੇ ਇੱਕ ਭਰਾ ਆਪਣਾ ਆਟੋ ਚਲਾਉਂਦਾ ਜੀ, ਟੈਂਪੂ, ਟੋਆ ਟੋਆਈ, ਕਿਰਾਇਆ ਟੋਆ, ਕਿਰਾਏ 'ਤੇ, ਕਿਰਾਏ 'ਤੇ ਸਮਾਨ ਟੋਆ ਟੋਆਈ। ਉਹ ਕਬੱਡੀ ਵਰਸ ਤੁਹਾਡੇ ਪਰਿਵਾਰ ਦੇ ਵਿੱਚ ਇਕੱਲੇ ਤੁਸੀਂ ਖੇਡਦੇ ਸੀ? ਹਾਂਜੀ। ਕਿੰਨਾ ਟਾਈਮ ਹੋ ਗਿਆ ਸੀ ਵੀਰੇ ਖੇਡਦੇ ਨੂੰ? ਵੀਰੇ ਮੈਨੂੰ ਹੋ ਗਏ 8-9 ਸਾਲ ਹੋ ਗਏ ਸੀ ਖੇਡਦੇ ਨੂੰ, 2012 ਦਾ ਖੇਡ ਰਹੇ ਹਾਂ। ਕਈ ਐਸੇ ਅਵਾਰਡ ਵੀ ਹੋਣਗੇ ਜਿਹੜੇ ਅੱਜ ਤੱਕ ਵੀ ਜਿਹੜੇ ਯਾਦ ਹੋਣਗੇ, ਐਸੇ ਇਨਾਮ ਵੀ ਜਿੱਤੇ ਹੋਣਗੇ ਪੂਰੇ ਨੇ? ਹਾਂ ਵੀਰ ਜੀ, ਮੋਟਰਸਾਈਕਲ ਜਿੱਤਿਆ ਇੱਕ, ਅਤੇ LCDਆਂ ਜਿੱਤੀਆਂ ਦੋ ਵਾਰ, ਰਿੰਗਾਂ ਵੀ ਜਿੱਤੀਆਂ ਹੋਈਆਂ, ਗੋਲਡ ਰਿੰਗਾਂ। ਫਿਰ ਅੱਜ ਬਾਈ ਹੁਣ ਉਹ ਟਾਈਮ ਨੂੰ ਯਾਦ ਕਰਦੇ ਹੋ ਵੀ 8-9 ਸਾਲਾਂ ਦਾ ਜਿਹੜਾ ਸਫ਼ਰ ਸੀਗਾ, ਤੈਅ ਕੀਤਾ ਸੀਗਾ, ਮਿਹਨਤ ਕੀਤੀ ਸੀ, ਸਰੀਰ ਬਣਾਇਆ ਸੀਗਾ, ਗੇਮ ਬਣਾਈ? ਹੁੰਦਾ ਵੀਰ ਜੀ, ਹੁਣ ਵੀ ਹੁੰਦਾ ਵੀ ਠੀਕ ਹੋਈਏ, ਜਲਦੀ ਤੋਂ ਜਲਦੀ ਗਰਾਊਂਡ ਨਾਲ ਜੁੜੀਏ ਦੁਬਾਰਾ। ਖੇਡ ਭਾਵੇਂ ਨਾ ਸਕੀਏ ਪਰ ਗਰਾਊਂਡ ਨਾਲ ਤਾਂ ਜੁੜ ਸਕੀਏ, ਇੰਨੇ ਜੋਗੇ ਕਰ ਦੇਵੇ ਪਰਮਾਤਮਾ ਵੀ ਦੁਬਾਰਾ ਗਰਾਊਂਡ 'ਚ ਜਾ ਸਕੀਏ ਆਪਾਂ। ਵੈਸੇ ਹੁਣ ਗੇੜਾ ਮਾਰ ਕੇ ਆਉਂਦੇ ਹੁੰਦੇ ਹੋ ਵੀ ਕਿਸੇ ਨੂੰ ਕਹਿੰਦੇ ਹੁੰਦੇ ਜਿਵੇਂ ਹੁਣ ਹਾਂ ਚਲੇ ਜਾਂਦਾ, ਇੱਦਾਂ ਫਰੈਂਡ ਲੈ ਜਾਂਦੇ ਨੇ ਜੀ ਨਾਲ ਦੇ ਜਿਹੜੇ ਖੇਡਦੇ ਨੇ, ਦਿਲ ਤਾਂ ਨਹੀਂ ਲੱਗਦਾ ਘਰੇ? ਘਰੇ ਮਨ ਤਾਂ ਕਰਦਾ ਹੁੰਦਾ ਜੀ ਵੀ ਗਰਾਊਂਡ 'ਚ ਚੱਲੀ ਜੀ, ਉੱਥੇ ਮੁੰਡੇ ਪ੍ਰੈਕਟਿਸ ਕਰਦੇ ਨੇ, ਉੱਥੇ ਮਾੜਾ ਮੋਟਾ ਬੋਕਰ ਬੁੱਕਰ ਤਾਂ ਆਪਾਂ ਵੀ ਖੜ ਲਈ ਦਈ ਜਾ ਕੇ। ਹਾਂ ਅੱਛਾ, ਤੁਸੀਂ ਵੀਰੇ ਫਿਰ ਇਸ ਚੀਜ਼ ਦਾ ਹੁਣ ਕੋਈ ਡਾਕਟਰ ਕੀ ਦੱਸ ਰਹੇ ਨੇ ਵੀ ਜਿਵੇਂ ਚਲੋ ਪਲੇਟਾਂ ਪੈ ਗਈਆਂ, ਤੁਸੀਂ ਦੱਸਿਆ ਕਿ ਪਿੱਛੇ ਨੱਟ ਲੱਗੇ ਹੋਏ ਨੇ, ਉਹਨਾਂ ਨੇ ਆਪਣਾ ਓਪਰੇਟ ਜੋ ਕਰਨਾ ਸੀਗਾ ਉਹਨਾਂ ਨੇ ਕੀਤਾ? ਓਪਰੇਟ ਤਾਂ ਵੀਰ ਜੀ ਡਾਕਟਰਾਂ ਨੇ ਆਪਣਾ ਵੱਲੋਂ ਮਤਲਬ ਓਕੇ ਕਰਤਾ ਜੀ ਵੀ ਹੱਡੀ ਤਾਂ ਜੁੜ ਜੂਗੀ, ਜਿਹੜੀ ਮਤਲਬ ਹੁਣ ਤੁਹਾਨੂੰ ਪਤਾ ਨਸ ਜਾਂਦੀ ਹੈ ਦਿਮਾਗ ਤੋਂ, ਸੁਖਮਨਾ ਨਸ ਜਿਹੜੀ ਥੱਲੇ ਸੰਦੇਸ਼ ਪਹੁੰਚਾਉਂਦੀ ਹੈ, ਉਹ ਡੈਮੇਜ ਹੋ ਗਈ ਜੀ, ਵੀ ਉਹ ਪਰਮਾਤਮਾ ਦੇ ਹੱਥ ਆਉਣ ਵੀ ਐਕਸਰਸਾਈਜ਼ਾਂ ਕਰੀ ਚਲੋ ਵੀ ਰਿਕਵਰੀ ਆ ਵੀ ਸਕਦੀ ਹੈ, ਐਕਸਰਸਾਈਜ਼ਾਂ 'ਤੇ ਲੱਗੇ ਰਹੋ। ਮੈਡਮ ਕਹਿੰਦੇ ਜਿੰਨਾ ਵੱਧ ਤੋਂ ਵੱਧ ਐਕਸਰਸਾਈਜ਼ ਕਰੂੰਗੇ ਉਨਾ ਇੰਪਰੂਵਮੈਂਟ ਹੋਊਗੀ। ਦੱਸਦੇ ਨੇ ਵੀ ਪਹਿਲਾਂ ਕੋਈ ਕੇਸ ਹੋਣਗੇ ਵੀ ਐਸੇ ਜਿਹੜੇ ਸੈੱਟ ਵੀ ਹੋਏ ਹੋਣਗੇ ਲੋਕ? ਹਾਂਜੀ ਹੋ ਜਾਂਦੇ ਨੇ, ਬਹੁਤ ਪਰਮਾਤਮਾ ਦੀ ਮਿਹਰ ਚਾਹੀਦੀ ਹੈ ਜੀ, ਹੋ ਜਾਂਦੇ ਠੀਕ। ਇਹਦੇ ਵਿੱਚ ਫਿਰ ਵੀਰੇ ਐਕਸਰਸਾਈਜ਼ ਜਿਵੇਂ ਤੁਹਾਨੂੰ ਪਹਿਲਾਂ ਮੈਂ ਇੱਕ ਦਿਨ ਆਪਾਂ ਫੋਨ ਕੀਤਾ ਸੀ, ਤੁਸੀਂ ਪਟਿਆਲੇ ਤੋਂ ਆ ਰਹੇ ਸੀਗੇ ਵਾਪਸ, ਉਸ ਦਿਨ ਫਿਰ ਤੁਸੀਂ ਐਕਸਰਸਾਈਜ਼ ਮਤਲਬ ਕਿ ਜਿਹੜਾ ਤੁਹਾਡੀ ਥੈਰੇਪੀ ਚੱਲਦੀ ਆ ਉਸੇ ਵਾਸਤੇ ਗਏ ਹੋਏ ਸੀ? ਹਾਂਜੀ ਥੈਰੇਪੀ ਵਾਸਤੇ ਡੇਲੀ ਜਾਂਦਾ ਜੀ ਵੀਰ ਜੀ, ਅੱਜ ਘਰ ਸੀ ਮਤਲਬ ਇੱਕ ਦੋ ਦਿਨ, ਹੁਣ ਮੈਡਮ ਨੇ ਹੀ ਕਹਿਤਾ ਸੀ ਵੀ ਰੈਸਟ ਕਰ, ਉੱਥੇ ਪ੍ਰੋਪਰ ਲੱਗ ਵੀ ਨਹੀਂ ਸੀ ਰਹੀ, ਲਗਾਤਾਰ ਜਾਂਦਾ ਜੀ 4-5 ਮਹੀਨੇ ਹੋ ਗਏ, ਮੈਡਮ ਕਹਿੰਦੀ 2-4 ਦਿਨ ਰੈਸਟ ਲਏ ਵਿੱਚ। ਅੱਛਾ, ਲਗਾਤਾਰ ਰੋਜ਼ ਵੀਰੇ ਇੱਥੋਂ ਪਟਿਆਲੇ ਜਾਂਦੇ ਹੋ ਥੈਰੇਪੀ ਵਾਸਤੇ? ਹਾਂਜੀ। ਇਹ ਕਿੰਨੇ ਕਦੋਂ ਤੋਂ ਸ਼ੁਰੂ ਹੋਈ ਹੋਈ ਆ ਥੈਰੇਪੀ? ਮੈਂ ਅਪ੍ਰੈਲ ਤੋਂ ਕਰ ਰਿਹਾ ਜੀ ਥੈਰੇਪੀ, ਅਪ੍ਰੈਲ ਤੋਂ। ਹਾਂਜੀ। ਉਹਦੇ ਵਿੱਚ ਫਿਰ ਕਰਵਾਉਂਦੇ ਕੀ ਨੇ ਥੈਰੇਪੀ ਦੇ ਵਿੱਚ, ਕੀ ਕੁਛ ਕਰਵਾ ਕੇ ਦੇਖਦੇ ਨੇ ਐਕਸਰਸਾਈਜ਼ਾਂ? ਥੈਰੇਪੀ ਦੇ ਵਿੱਚ ਨੋਰਮਲੀ ਐਕਸਰਸਾਈਜ਼ਾਂ ਜਿਵੇਂ ਵੀਰ ਜੀ ਤੁਹਾਨੂੰ ਪਤਾ ਹੀ ਹੈ, ਸਕੁਐਟਸ ਹੋ ਗਏ, ਬੈਠਕਾਂ ਬੂਟਕਾਂ ਹੋ ਗਈਆਂ, ਅਤੇ ਉੱਦਾਂ ਟਰੈਡ ਮਿਲ 'ਤੇ ਚਲਾਉਂਦੇ ਨੇ, ਬੈਲਟਾਂ ਬੰਨ੍ਹ ਕੇ ਉੱਪਰ ਲਟਕਾ ਕੇ। ਹਾਂਜੀ। ਫਿਰ ਉਹਦੇ ਨਾਲ ਕੁਛ ਤੁਹਾਨੂੰ ਆਪ ਨੂੰ ਫੀਲ ਹੁੰਦਾ ਆ ਵੀ ਅੱਗੇ ਨਾਲੋਂ ਇੰਪਰੂਵਮੈਂਟ ਹੈ ਕੁਛ? ਮੈਂ ਲੱਗਦਾ 10% ਦਾ ਲੱਗਦਾ ਫਰਕ ਪਹਿਲਾਂ ਨਾਲੋਂ ਵੀ ਹੈ। ਹਾਂ, ਪਹਿਲਾਂ ਪੈਲਵੇਜ ਕੰਟਰੋਲ ਨਹੀਂ ਸੀਗਾ, ਹੁਣ ਪੈਲਵੇਜ ਕਾਫੀ ਹੱਦ ਤੱਕ ਕੰਟਰੋਲ ਹੋ ਗਿਆ, ਪਹਿਲਾਂ ਪੈਲਵੇਜ ਵੀ ਨਹੀਂ ਤਾਂ ਕੰਟਰੋਲ ਹੁੰਦਾ ਵੀਰ, ਹੁਣ ਕੰਟਰੋਲ ਹੋਣ ਲੱਗ ਗਿਆ। ਚਲੋ, ਇੱਕ ਬਹੁਤ ਚੰਗੀ ਗੱਲ ਹੈ ਕਿ ਜੇ ਕੋਈ ਇੰਪਰੂਵਮੈਂਟ ਹੋਈ, ਕਿਉਂਕਿ ਬੰਦੇ ਨੂੰ ਆਪ ਨੂੰ ਪਤਾ ਹੁੰਦਾ ਅਸਲ ਦੇ ਵਿੱਚ, ਕਿਉਂਕਿ ਆਪਣੇ ਮਨ ਤੋਂ ਝੂਠ ਤਾਂ ਨਹੀਂ ਕਹਿ ਸਕਦਾ ਉਹ ਵੀ ਇੰਪਰੂਵ ਹੋ ਰਿਹਾ ਕਿ ਨਹੀਂ। ਅਤੇ ਡਾਕਟਰ ਹੁਣ ਇਹਦੀ ਵੈਸੇ ਕੋਈ ਦਵਾਈ, ਕੋਈ ਜੜੀ ਬੂਟੀ, ਕੋਈ ਉੱਦਾਂ ਦਵਾਈ ਦਿੰਦੇ ਨੇ, ਕੋਈ ਦਵਾਈ ਚੱਲਦੀ ਇਹਦੇ ਨਾਲ? ਦਵਾਈ ਤਾਂ ਕੋਈ ਨਹੀਂ ਚੱਲ ਰਹੀ ਵੀਰੇ, ਯੂਰੀਨ ਇਨਫੈਕਸ਼ਨ ਦੀ ਦਵਾਈ ਹੈ ਉਹ ਲੈਣੀ ਪੈਂਦੀ ਹੈ, ਬਾਕੀ ਤਾਂ ਹੋਰ ਤੋਂ ਕੋਈ ਦਵਾਈ ਨਹੀਂ ਹੈ, ਕਿਉਂ ਯੂਰੀਨ ਆਪਾਂ ਪੈਪ ਪਾ ਕੇ ਕਰਨਾ, ਹਰ 4-5 ਘੰਟੇ ਬਾਅਦ ਬਾਥਰੂਮ ਕਰਨਾ ਤਾਂ ਪੈਪ ਪਾ ਕੇ ਕਰਨਾ ਜੀ, ਫੀਲਿੰਗ ਨਹੀਂ ਹੈ ਬਾਥਰੂਮ ਦੀ, ਨਾ ਲੈਟਰਿੰਗ ਦੀ ਫੀਲਿੰਗ ਹੈ ਜੀ, ਉਹ ਵੀ ਸੁਬਹਾ ਮਤਲਬ ਕੰਬੋਰਡ 'ਤੇ ਪੋਸਟੀਆਂ ਲੱਗਦੀਆਂ ਨੇ। ਅੱਛਾ, ਮੈਂ ਇੱਕ ਗੱਲ ਜਿੱਥੇ ਤੱਕ ਮੈਨੂੰ ਸਮਝ ਆ ਰਿਹਾ ਵੀ ਲੱਕ ਤੋਂ ਥੱਲੇ ਜਿਹੜਾ ਆ ਉਹ ਪ੍ਰੋਪਰ ਬੋਡੀ ਦੀ ਸੈਂਸ ਚਲੀ ਗਈ? ਹਾਂਜੀ, ਸੁਣਨਾ ਹੋਵੇ ਜੀ ਬਿਲਕੁਲ, ਯਾਨੀ ਕਿ ਬੰਦੇ ਨੇ ਬਾਥਰੂਮ ਜਾਣਾ ਹੋਵੇ ਤਾਂ ਉਸਦਾ ਵੀ ਮਤਲਬ ਕਿ ਉਹ ਤੁਹਾਨੂੰ ਪਤਾ ਨਹੀਂ ਲੱਗਦਾ? ਪਤਾ ਨਹੀਂ ਹੈ ਨਾ, ਫਿਰ ਇੱਕ ਬਸ ਅੰਦਾਜ਼ੇ ਨਾਲ ਵੀ ਹੁਣ ਟਾਈਮ ਦਾ ਇਹ ਹੋਇਆ ਜੀ, ਉਹਨਾਂ ਨੇ ਵੀ 4-5 ਘੰਟੇ ਬਾਅਦ ਪੈਪ ਪਾ ਕੇ ਕਰਨਾ ਜੀ। ਅੱਛਾ, ਡਾਕਟਰ ਨੇ ਦਿੱਲੀ ਮਤਲਬ ਦਿੱਲੀ ਆਈ ਕੁਛ, ਦਿੱਲੀ 2.5 ਮਹੀਨੇ ਲੈ ਕੇ ਆਇਆ ਉਹਨਾਂ ਨੇ, ਆਈ ਕੁਛ ਸਿਖਾਇਆ ਜੀ ਦਿੱਲੀ। ਦਿੱਲੀ ਵੀ ਗਏ ਸੀ? ਹਾਂ ਦਿੱਲੀ। ਦਿੱਲੀ ਕਿਹੜੇ ਹੋਸਪਿਟਲ? ਇੰਡੀਅਨ ਸਪਾਈਨ ਇੰਜਰੀ ਹੈ, ਬਸੰਤ ਕੁੰਜ ਮਾਈ। ਅੱਛਾ, ਉੱਥੇ ਲੈ ਕੇ ਆਇਆ 2.5 ਮਹੀਨੇ ਉਹਨਾਂ ਨੇ, ਮਤਲਬ ਇੱਦਾਂ ਹੀ ਵੀਲ ਚੇਅਰ 'ਤੇ ਸ਼ਿਫਟ ਹੋਣਾ, ਪਹਿਲਾਂ ਤਾਂ ਮਤਲਬ ਬੈੱਡ 'ਤੇ ਪਿਆ ਹੀ ਸੀ ਉਰੇ ਉਸਤਾਦ ਜਾਂ ਉਰੇ ਤੋਂ ਗਿਆ, ਉਹਨਾਂ ਨੇ ਮਤਲਬ ਵੀਲ ਚੇਅਰ 'ਤੇ ਆਪਣੇ ਆਪ 'ਤੇ ਸ਼ਿਫਟ ਹੋਣਾ, ਗੱਡੀ 'ਚ ਆਪਣੇ ਆਪ 'ਤੇ ਸ਼ਿਫਟ ਹੋਣਾ, ਬਾਥਰੂਮ ਕਰਨਾ, ਉਹ ਸਾਰਾ ਦੱਸਿਆ, ਉਹ ਸਾਰਾ ਕੁਛ ਸਿਖਾਤਾ ਉਹਨਾਂ ਨੇ ਉੱਥੇ। ਠੀਕ ਹੈ। ਅੱਛਾ, ਸਵਾਲ ਵੀਰ ਭੂਰੇ ਵੀਰੇ ਇਹੀ ਹੈ ਵੀ
चलो तुसीं कबड्डी खेडदे, सब तो पहला कबड्डी नाल जुड़े सवाल ही पुछूंगा भी कबड्डी दे जिहड़े नामचीन प्लेयर ने या तुहाडे कई कोच रहे होणगे या तुहाडे सहयोगी तुहाडे नाल खेडदे होणगे वीरे होणी जिहड़े रेडा पाउंदे सी या जाफी होणगे ओह आए ने तुहाडा पता लैके जांदे ने या कोई मदद उहनां वल्लों या किसी क्लब वल्लों हुण तक होई है तुहानूं कि नहीं? हाँ जी वीर जी, एक क्लब बनया सी आपणा आस्ट्रेलिया वल्लों बनया शायद मेरे दिमाग में नहीं भी किहड़े बणाए सी उहनां ने, एक मटूर खेडदा ही उहजों ओह बंदे भी आपां नूं हैल्प करके गए सी, लख रुपया दे के गए सी। तो बाकी अपने पिंड के मुंडे ने जी, लाडी हो गया, हैप्पी हो गया, ये सारे अपने नाल खड़े ने मोडे नाल मोढ़ा जोड़ के, पहले दिन तो जिस दिन तो सट लगी है, पहला भी खड़ते थे हूँ भी खड़े हैं जी। अच्छा जे गल करिए फिर किसानी आगूआ की, कोई आगू जिमें क्योंकि तुसी किसानी संघर्ष के ही चले सके, किसानी संघर्ष के ही शामिल होने चले से, अपना योगदान पाने चले से, जिमें दस रहे हो कि लंगर लैके जा रहे थे, तो किसी किसानी आगू ने नहीं आके पता लिया या कोई फोन पर गलबात की हो या कोई पैसे धेले की कोई मदद किसी तरीके की निजी मदद करने की कोशिश की हो हुण तक के? नहीं नहीं भीर, किसानी अंदोलन वाला तो कोई नहीं आया भीरे, जिन्हें भी मतलब सूँ पता ही किनिया जथेबंदियां ने, 31 जथेबंदियां ने, उन्होंने कोई नहीं आया भीरे, पर NRI ने भीर बहुत हैल्प की अपनी, उन्होंने बदौलते इलाज चल रहा सारा अपना। अच्छा जिवें अदाकार भी जिवें फिल्म इंडस्ट्री के काफ़ी जिहड़े वड्डे कलाकार सीगे, सिंगर भी सीगे, क्योंकि इस संघर्ष दे विच सारे ने योगदान पाया जिन्हां दे विच काफ़ी वड्डे वड्डे नाम भी ने, कोई कलाकार आके नाल खड़े मोढ़े नाल मोढ़ा ला के खड़े ने तुहाडे? हाँ जी वीर जी, कलाकार कनबर बाई, हर्ष चीमा बाई ते गालब बड़ैच बाई, ये मतलब सट लगी तो 10-15 दिन बाद उरे घर आके गए ने, इन्हां ने पोस्ट पाई है वीर जी, ते उस तों बाद आपां नूं हैल्प आउणी शुरू हो गई सी, हेल्प होने लगी। हाँ जी, बाहरों उन्होंने पोस्ट पाई सी भी मदद की लोड़ है इनू, भी इदा सट सुट लगी बंदे दे, भी इन्ना प्लेयर सी, तो बाद भी बहुत मदद आई है बाहरों NRI की। तो भाई जिवें खर्चे की गल करिए क्योंकि डेली जाने हो, तेल पानी भी लगना है, तो थैरेपी का भी कोई खर्चा उत्थे होंदा होगा, खर्चे की गल करिए कितना खर्चा आ जाता फिर डेली थैरेपी जी एक्सरसाइजा करवाते हैं वोदियाँ? भीर जी अपना महीने का 50-60 हज़ार मनेंगे, 50-60 हज़ार एक महीने का। हाँ जी, बिचे थैरेपी का, बिच अपना जिहड़ा उदा बाथरूम बूथरूम वाला चल रहा सिस्टम करना है जो भी, तो बाकी होर जिहड़ी दवाई बूटी चल रही है माड़ी मोटी। इत्थे भाई हुण तुहाडे कोल मेरे ख्याल नाल क्योंकि एक बंदा तो पक्का तुहाडे नाल घरे हुंदा ही होगा, कल्ले तां तुसीं रहिंदे नहीं होवोगे क्योंकि कदे भी लोड़ पै सकदी है किसी चीज़ दी, पर रहिंदा ही रहिंदा कोई ना कोई घरे, मतलब जे एक भरा गया तां दूआ उरे होगा, क्यों सवेरे नहाउणा लहाउणा नूं यार भरा ही नहाउंदे ने, बड़े भरा ने दो मतलब उही करते हैं सारा कुछ, नहाना नहाना उन्होंने नहाना कपड़े पाने ने उन्होंने सवेरे, एक बार रेडी करना उन्होंने करना वीरे। पर की वैसे कहें भी बंदे का कहें जो अंदरों हौसला हो तो कहें मरिया बंदा भी उठ खड़ा होंगे, पूरे का मन करता भी मैं नहीं उठूँगा, हौसला है वीरे भी हूँ भी नहीं यार किड्डी भी गल होगी एडिया लड़ाइया लड़िया ने आह भी लड़ाई लड़के दिखावे ना ना, हौसला पूरा ही हौसले करके ही बैठे हैं जी, आप हौसले करके बैठे हैं भरा, चलांगे जरूर अपने जोगे तो होवांगे यार होर नहीं कुछ। क्या बात। अच्छा भाई मैं सवाल मेरा क्योंकि मैं बाई ना जल पहला गलबात की थी, कोई मीडिया चैनल्स नहीं पहुँचे, बहुत घट ने, बहुत गिणवे ने मेरे ख्याल, सिर्फ दो मीडिया चैनल्स जोड़े ने वीरे को आके गए ने, दो या तीन भीर बस, स्टार मतलब जेडे मेरे यार ने स्टार फतेह ते एक अनम्यूट वाले बाई आए थे बस, दो मीडिया चैनल्स। हाँ जी, उसके अलावा कोई पहुंचे? एक PTC न्यूज़ वाले आए थे, उन्होंने मतलब कवरेज कर गए ले गए थे, उन्होंने पाई नहीं है वीडियो, पता नहीं की चक्कर है। हाँ जी, मैं सब तो पहला तो दरख्वास्त करूँगा सारे मीडिया चैनल्स का, पंजाबी चैनल्स जिन्हें भी देख रहे हैं, जिहड़े भी चैनल्स चलते हैं, नाम नहीं लेना चाहूँगा, पर जिन्हें भी चैनल्स लोग देखते हैं सराउंदे ने, अपना फर्ज बनता यार क्योंकि किसानी संघर्ष के अपना पंजाबी मीडिया ही एक ऐसा मीडिया से, सोशल मीडिया एक ऐसा मीडिया से प्लेटफॉर्म से जिसने इस किसानी संघर्ष न कितने तक लैके गए, यानी कि बाहर तक जो आवाज़ जाती सी तो नैशनल मीडिया नहीं जाता सीगा, उत्थे पंजाबी मीडिया की आवाज़ बाहर तक पहुँचती सीगी, तो साडा फर्ज़ बनता क्योंकि भूरे वीरे ने इन्ना टाइम कबड्डी खेडी है, कबड्डी दे विच नाम कमाया है, इनाम जितते ने, लोगों के सराउण लग गए सीगे, पर एक वक्त ऐसा आ गया किसानी संघर्ष के दौरान ही कि शामिल होंदे सी, अपना योगदान पाउण चले सीगे, लंगर लैके जा रहे सीगा वीरा दिल्ली, तो 3 दिसंबर 2020 नूं जद किसानी संघर्ष तकरीबन शुरू ही होया सीगा, पूरा सरगर्म सीगा, लोगों के मन के उबाल बहुत हुंदा सीगा, उस टाइम नूं वीरे दा एक्सीडेंट हो जांदा है, वीरे दी स्पाइनल कॉर्ड दे विच रीढ़ दी हड्डी दे विच जिहड़े आ क्रैक आ जांदे ने, हड्डी टुट जांदी है, उस तो बाद हुण वीरे दे पिछे प्लेटां पईयां होईयां ने, नट लगे हुए ने, पर जिवें दस रहे ने कि लोअर बॉडी जिहड़ी है वह बिल्कुल भी सेंस नहीं हुंदी, यानी कि जे मैं वीरे दे चूंटी वड्डा या कुछ भी टच करा वीरे नूं तां वीरे नूं बिल्कुल भी पता नहीं लगेगा कि कुछ हो रहा है, बई जिवें मैं हुण इत्थे हाथ रख्या तुहानूं सेंस हो रहा है इस चीज़ का? नहीं वीर जी,
ਲੱਕ ਤੋਂ ਥੱਲੇ ਕੁਛ ਵੀ ਨਹੀਂ ਹੈ ਇਸ ਤਰ੍ਹਾਂ, ਸੈਂਸੇਸ਼ਨ ਨਹੀਂ ਹੈ, ਮਤਲਬ ਉੱਦਾਂ ਦਰਦ ਫੀਲ ਹੁੰਦਾ ਜੀ ਕਦੇ ਕਦੇ, ਜਿਹਨਾਂ ਬਲੱਡ ਸਰਕੂਲੇਸ਼ਨ ਚੱਲਦਾ ਜੀ ਤਾਂ ਉਹ ਇੱਦਾਂ ਬਹੁਤ ਜ਼ੋਰ ਨਾਲ ਬਹੁਤ ਤੇਜ਼ ਦਰਦ ਆਉਂਦਾ ਕਦੇ ਕਦੇ ਜੀ, ਹਰ ਘੰਟੇ ਸਵਾ ਘੰਟੇ ਬਾਅਦ ਉਹ ਦਰਦ ਆਉਣਾ ਹੀ ਆਉਣਾ ਲੱਤਾਂ ਰੋਜ਼ ਦਾ, ਰੋਜ਼ ਦਾ ਜੀ ਹਰ ਘੰਟੇ ਬਾਅਦ, ਮਤਲਬ ਉਹ ਇੱਦਾਂ ਸੁੱਤਾ ਪਿਆ ਵੀ ਉੱਠ ਜਾਂਦਾ ਤਾਂ ਰਾਤ ਨੂੰ, ਇੰਨਾ ਦਰਦ ਹੈ, ਇੰਨਾ ਦਰਦ ਹੈ ਉਹ, ਮਤਲਬ ਜਿੱਦਾਂ ਸੂਈਆਂ ਚੁੱਭਦੀਆਂ ਹੁੰਦੀਆਂ ਇੱਦਾਂ ਮਹਿਸੂਸ ਹੁੰਦਾ ਵੀ ਕੋਈ ਅੰਦਰ ਅੱਗ ਲੱਗ ਗਈ ਪੱਟਾਂ ਵਾ। ਇਹ ਚੀਜ਼ ਵੀਰੇ ਫਿਰ ਡਾਕਟਰ ਨੂੰ ਦੱਸੀ ਹੋਊਗੀ ਤੁਸੀਂ ਵੀ ਐਂ ਮੇਰੇ ਘੰਟੇ ਬਾਅਦ ਜਾਂ ਡੇਢ ਘੰਟੇ ਬਾਅਦ ਰੋਜ਼ ਜਿਹੜਾ ਯਾਰ ਦਰਦ ਛੁੱਟਦਾ, ਫਿਰ ਉਹ ਕੀ ਕਹਿੰਦੇ ਨੇ? ਉੱਥੇ ਮੈਡਮਾਂ ਕਹਿੰਦੀਆਂ ਵੀ ਇਹ ਤਾਂ ਉਹ ਫਿਜ਼ੀਓ ਵਾਲੇ ਨੇ ਕਹਿੰਦੇ ਵੀ ਵਧੀਆ ਚੀਜ਼ ਹੈ, ਬਲੱਡ ਸਰਕੂਲੇਸ਼ਨ, ਹਾਂ ਵੀ ਚੰਗੀ ਗੱਲ ਹੈ ਵੀ ਰਿਕਵਰੀ ਆਉਣ ਦੇ ਚਾਂਸ ਨੇ। ਓਕੇ ਹਾਂਜੀ ਯਾਰ, ਮੈਂ ਵੀ ਮੇਰਾ ਵੀ ਇਹ, ਮੈਂ ਇਸੇ ਕਰਕੇ ਸਵਾਲ ਕੀਤਾ ਵੀ ਕਿਉਂਕਿ ਅਗਰ ਬਲੱਡ ਸਰਕੂਲੇਟ ਤੁਹਾਨੂੰ ਦਰਦ ਹੋ ਰਿਹਾ ਤਾਂ ਮਤਲਬ ਕਿ ਬਲੱਡ ਫਲੋ ਆਪਣਾ ਜਾਣ ਦਾ ਰਸਤਾ ਲੱਭ ਰਿਹਾ ਹੈ ਵੀ ਮੈਂ ਕਿਸੇ ਤਰੀਕੇ ਦਾ ਨਾ ਥੱਲੇ ਪਹੁੰਚਾਂ। ਚਲੋ ਵੀਰੇ ਆਪਣਾ ਨਾ ਸੰਪਰਕ ਨੰਬਰ ਜ਼ਰੂਰ ਦੱਸ ਦਿਓ ਕਿਉਂਕਿ ਕਈ ਲੋਕ ਵੀ ਜਿਹੜੇ ਹੋਣਗੇ ਤੁਹਾਡੀ ਮਦਦ ਵੀ ਕਰਨੀ ਚਾਹੁੰਦੇ ਹੋਣਗੇ, ਤੁਹਾਡੇ ਨਾਲ ਗੱਲਬਾਤ ਹੀ ਕਰਨੀ ਚਾਹੁੰਦੇ ਹੋਣ, ਜਿਹੜੇ ਐਨ ਆਰ ਆਈ ਬਾਹਰ ਬੈਠੇ ਨੇ ਕੋਈ ਗੱਲਬਾਤ ਕਰਨੀ, ਆਪਣਾ ਨੰਬਰ ਜ਼ਰੂਰ ਦੱਸ ਦਿਓ। 77103 ਜੀ 100 68 77103 100 68 ਨੰਬਰ ਤੁਹਾਡੀ ਟੀ ਵੀ ਸਕਰੀਨਸ 'ਤੇ ਚੱਲ ਰਿਹਾ ਆ, ਤੁਸੀਂ ਵੀਰੇ ਦੀਆਂ ਪੁਰਾਣੀਆਂ ਫੋਟੋਆਂ ਵੀ ਵੇਖ ਰਹੇ ਹੋਵੋਗੇ ਟੀ ਵੀ ਸਕਰੀਨ 'ਤੇ ਤੁਹਾਡੀ ਵੀਰੇ ਦੀਆਂ, ਜਦ ਕਬੱਡੀ ਖੇਡਦੇ ਦੀਆਂ ਫੋਟੋਆਂ ਨੇ, ਵੀਰੇ ਨੇ ਇਨਾਮ ਜਿੱਤੇ ਨੇ, ਵੀਰੇ ਦਾ ਨਾਮ ਬਣਨ ਲੱਗਿਆ ਸੀਗਾ, ਪਰ ਉਹ ਕਹਿੰਦੇ ਰੱਬੀ ਇੱਕ ਐਸੀ ਚੀਜ਼ ਹੁੰਦੀ ਹੈ ਵੀ ਇੱਥੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਜਿਵੇਂ ਦੱਸ ਰਹੇ ਨੇ ਵੀਰੇ 4-5 ਦਿਨ ਪਹਿਲਾਂ ਹੀ ਹਜੇ ਭਾਦਸੋਂ ਦੇ ਵਿੱਚ ਟੂਰਨਾਮੈਂਟ ਖੇਡ ਕੇ ਆਏ ਸੀਗੇ, ਉਸ ਤੋਂ ਪਹਿਲਾਂ ਵੀ 2 ਸਾਲ ਪਹਿਲਾਂ ਪ੍ਰੋਬਲਮ ਆ ਗਈ ਸੀ ਗੋਡਿਆਂ ਦੀ ਜਦ ਵੀ ਓਪਰੇਸ਼ਨ ਕਰਾਇਆ ਸੀਗਾ, ਪਰ ਪਤਾ ਨਹੀਂ, ਮੈਂ ਚਾਹੁੰਦਾ ਕਿ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰੋ ਕਿਉਂਕਿ ਇਹਨਾਂ ਨੇ ਜੇ ਕੁਰਬਾਨੀਆਂ ਸ਼ਹਾਦਤਾਂ ਹੋਈਆਂ ਨੇ ਤਾਂ ਸ਼ਹਾਦਤਾਂ ਕਿਤੇ ਨਾ ਕਿਤੇ ਇਹਨਾਂ ਨੇ ਵੀ ਦਿੱਤੀਆਂ ਨੇ ਯਾਰ, ਕਿਤੇ ਨਾ ਕਿਤੇ ਆਪਣੇ ਕੰਮ ਜ਼ਰੀਏ, ਕਿਸੇ ਨਾ ਕਿਤੇ ਆਪਣੇ ਦਿਲ ਜ਼ਰੀਏ ਜਿਹੜੀ ਇਹਨਾਂ ਨੇ ਇਹ ਵੀ ਇੱਕ ਸ਼ਹਾਦਤ ਹੀ ਮੈਂ ਕਹੂੰਗਾ ਵੀ ਜੇ ਵੀਰੇ ਨੇ ਸੱਟ ਲੱਗੀ ਹੈ। ਮੈਂ ਤਾਂ ਇੱਕ ਚੀਜ਼ ਚਾਹੂੰਗਾ ਕਿ ਜਲਦ ਤੋਂ ਜਲਦ ਜਿੰਨਾ ਜਲਦੀ ਹੋ ਸਕਦਾ ਵੀਰਾ ਜੇ ਠੀਕ ਹੋਵੇ ਤਾਂ ਸਾਡੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੋਊਗੀ। ਮੈਂ ਤਾਂ ਰੱਬ ਅੱਗੇ ਇਹੀ ਅਰਦਾਸ ਕਰੂੰਗਾ ਕਿ ਵੀਰੇ ਦੁਬਾਰਾ ਤੋਂ ਫਿਰ ਜਿਹੜੀਆਂ ਨੇ ਤੁਹਾਡੀਆਂ ਲੱਤਾਂ ਚੱਲਦੀਆਂ ਫਿਰਦੀਆਂ ਹੋ ਜਾਣ, ਤੁਸੀਂ ਫਿਰ ਤੁਰਦੇ ਫਿਰਦੇ ਹੋਵੋ ਅਤੇ ਗਰਾਊਂਡ ਦੇ ਵਿੱਚ ਜਾ ਕੇ ਫਿਰ ਤੋਂ ਹੀ ਜਿਹੜੀ ਕਬੱਡੀ ਦੀ ਖੇਡ ਜਿਹੜੀ ਨੇ ਆਪਣੇ ਪ੍ਰੇਮੀਆਂ ਨੂੰ ਤੁਹਾਡੇ ਦੋਸਤਾਂ ਨੂੰ ਦਿਖਾਓ। ਬਹੁਤ ਬਹੁਤ ਧੰਨਵਾਦ ਤੁਹਾਨੂੰ। ਅਤੇ ਕੋਈ ਅਪੀਲ ਵੀਰੇ ਕੋਈ ਦਰਸ਼ਕਾਂ ਨੂੰ, ਕੋਈ ਕਿਸਾਨ ਹੀ ਉਹਨਾਂ ਨੂੰ ਕਰਨੇ ਚਾਹੁੰਦੇ ਹੋ ਤੁਸੀਂ? ਹਾਂਜੀ ਵੀਰ ਜੀ, ਮਤਲਬ ਅੰਦੋਲਨ ਬਾਰੇ ਆ ਕੁਛ ਵੀ, ਜਿਹੜੇ ਲੋਕ ਸਮਝਦੇ ਨੇ ਵੀ ਅੰਦੋਲਨ ਮੇਰਾ ਨਹੀਂ ਹੈ ਜਾਂ ਇਹ ਇਕੱਲਾ ਕਿਸਾਨਾਂ ਦਾ, ਇਹ ਸਭ ਦਾ ਸਾਂਝਾ ਅੰਦੋਲਨ ਹੈ, ਸਾਰੇ ਪੰਜਾਬ ਦਾ, ਹਰਿਆਣੇ ਦਾ, ਸਾਰੇ ਦੇਸ਼ ਦਾ ਹੀ ਅੰਦੋਲਨ ਹੈ ਵੀਰ ਜੀ। ਅਤੇ ਮੈਂ ਚਾਹੁੰਦਾ ਕਿ ਸਾਰੇ ਜੁੜੋ ਇਹਦੇ ਨਾਲ, ਵੱਧ ਤੋਂ ਵੱਧ ਜੁੜੋ ਇਸ ਤਰ੍ਹਾਂ ਤਾਂ ਕਿ ਸਰਕਾਰ ਝੁਕੇ, ਆਪਣੇ ਬਿੱਲ ਰੱਦ ਹੋ ਸਕਣ। ਸੋ ਬਹੁਤ ਬਹੁਤ ਧੰਨਵਾਦ ਵੀਰੇ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਇਹ ਸੀ ਵੀਰਾ ਪੂਰਾ ਸੈਂਪਲੀ। ਸਭ ਤੋਂ ਪਹਿਲਾਂ ਤਾਂ ਫਰਜ਼ ਬਣਦਾ ਆ ਮੀਡੀਆ ਚੈਨਲਸ ਦਾ ਕਿ ਜਿਹੜੇ ਹੁਣ ਤੱਕ ਸ਼ਾਇਦ ਇੱਥੇ ਨਹੀਂ ਪਹੁੰਚ ਰਹੇ, ਕਿਉਂਕਿ ਮੇਰੇ ਤੱਕ ਜਦ ਵੀਰੇ ਦੀ ਖਬਰ ਪਹੁੰਚੀ, ਸ਼ਾਇਦ, ਮੈਂ ਹੋ ਸਕਦਾ ਮੈਂ ਇਲਜ਼ਾਮ ਨਹੀਂ ਲਾਉਂਦਾ, ਪਰ ਸ਼ਾਇਦ ਕਿਸੇ ਨੂੰ ਪਤਾ ਹੀ ਨਾ ਲੱਗਿਆ ਹੋਵੇ ਹਜੇ ਤੱਕ, ਕਿਸੇ ਮੀਡੀਆ ਚੈਨਲਸ ਤੱਕ ਇਹ ਖਬਰ ਨਾ ਹੀ ਪਹੁੰਚੀ ਹੋਵੇ, ਹੋ ਸਕਦਾ। ਪਰ ਮੈਂ ਅਪੀਲ ਕਰੂੰਗਾ, ਦਰਖਾਸਤ ਕਰੂੰਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਵੀਰੇ ਨੇ ਐਡੀ ਵੱਡੀ ਕੁਰਬਾਨੀ ਦਿੱਤੀ, ਐਡੀ ਵੱਡੀ ਵੀਰੇ ਦੇ ਸੱਟ ਲੱਗੀ ਹੈ ਕਿ ਕਬੱਡੀ ਪਲੇਅਰ ਜਿਹੜਾ ਕਦੇ ਮੈਦਾਨ ਦੇ ਵਿੱਚ ਹੁੰਦਾ ਸੀਗਾ ਅੱਜ ਵੀਲ ਚੇਅਰ 'ਤੇ ਬੈਠਾ ਆ, ਅਤੇ ਕਿੰਨਾ ਕੁ ਉਹਦੇ ਮਨ ਦੇ ਵਿੱਚ ਉਬਾਲ ਹੁੰਦਾ ਹੋਊਗਾ ਵੀ ਯਾਰ ਨਹੀਂ ਮੁੜ ਕੇ ਉਹ ਖੜ੍ਹੇ ਹੋਈਏ ਕਿ ਨਹੀਂ ਫਿਰ ਤੋਂ ਜਾ ਕੇ ਆਪਾਂ ਗਰਾਊਂਡ ਦੇ ਵਿੱਚ ਖੇਡ ਲਾਈਏ, ਕਬੱਡੀ ਖੇਡੀਏ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਆਪਣੇ ਕਲੱਬ ਦੇ ਨਾਲ ਕਬੱਡੀ ਖੇਡੀਏ। ਮੈਂ ਚਾਹੁੰਦਾ ਉੱਥੇ ਨਾਲ ਹੀ ਅਗਲਾ ਫਰਜ਼ ਬਣਦਾ ਕਿਸਾਨ ਆਗੂਆਂ ਦਾ, ਕਿਉਂਕਿ ਜਿੰਨੇ ਵੀ ਲੋਕ ਆ ਜਾ ਰਹੇ ਸੀਗੇ ਸ਼ਾਇਦ ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਗੱਲ ਨਾ ਹੋਵੇ, ਪਰ ਮੈਂ ਚਾਹੁੰਦਾ ਜੇ ਕੋਈ ਕਿਸਾਨੀ ਆਗੂ, ਕਿਸਾਨੀ ਲੀਡਰ ਜਾਂ ਕਿਸਾਨੀ ਲੀਡਰਾਂ ਦੇ ਨਾਲ ਰਹਿਣ ਵਾਲੇ ਬੰਦੇ ਜੇ ਦੇਖ ਰਹੇ ਨੇ ਇਹ ਵੀਡੀਓਜ਼ ਨੂੰ, ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਵੀਰੇ ਇੱਕ ਮੈਸੇਜ ਮੈਂ ਦੇਣਾ ਚਾਹੁੰਦਾ ਹਾਂ। ਕੁਰਬਾਨੀਆਂ ਲੋਕਾਂ ਨੇ ਬਹੁਤ ਦਿੱਤੀਆਂ ਨੇ, ਜਿਵੇਂ ਵੀਰੇ ਨੇ, ਵੀਰੇ ਦੇ ਸੱਟ ਲੱਗ ਗਈ, ਵੀਰਾ ਬੈੱਡ 'ਤੇ ਬਹਿ ਗਿਆ, ਵੀਲ ਚੇਅਰ 'ਤੇ ਆ ਹੁਣ, ਇਹੋ ਜਿਹੇ ਕਈ ਲੋਕ ਨੇ ਜਿਵੇਂ ਕਿ ਜਿਨ੍ਹਾਂ ਨੇ ਆਪਣੀ ਜੌਬ ਦੀ ਕੁਰਬਾਨੀਆਂ ਦੇ ਦਿੱਤੀਆਂ, ਕਈ ਕੰਮ ਛੱਡ ਦਿੱਤੇ ਸਿਰਫ ਕਿਸਾਨੀ ਸੰਘਰਸ਼ ਪਿੱਛੇ। ਇੱਕ ਵੱਡਾ ਉਬਾਲ ਹੈ ਜੇ ਐਡਾ ਵੱਡਾ ਬਣਿਆ, ਤਾਂ ਇਹਨਾਂ ਦੇ ਪਿੱਛੇ ਇਹਨਾਂ ਬਾਈ ਵਰਗਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਇਹਨਾਂ ਦੇ ਯੋਗਦਾਨ ਨਾਲ ਹੀ ਇਹ ਸ਼ਾਇਦ ਜਿਹੜਾ ਆ ਸੰਘਰਸ਼ ਇੰਨਾ ਕੁ ਵਿਸ਼ਾਲ ਹੋਇਆ। ਮੈਂ ਚਾਹੁੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਸਪੋਰਟ, ਮਦਦ ਜਿਹੜੀ ਹੈ ਵੀਰੇ ਤੱਕ ਪਹੁੰਚ ਸਕੇ। ਤੁਹਾਡੇ ਟੀ ਵੀ ਸਕਰੀਨਸ ਦੇ ਉੱਤੇ ਵੀਰੇ ਦਾ ਨੰਬਰ ਫਲੈਸ਼ ਹੋ ਰਿਹਾ ਹੋਊਗਾ, ਵੀਰੇ ਨਾਲ ਗੱਲਬਾਤ ਕਰਕੇ ਤੁਸੀਂ ਇਹਨਾਂ ਦੀ ਕੋਈ ਵੀ ਮਦਦ ਕਰਨੀ ਚਾਹੁੰਦੇ ਤੁਸੀਂ ਕਰ ਸਕਦੇ ਹੋ, ਗੱਲਬਾਤ ਕਰਨੀ ਚਾਹੁੰਦੇ ਤੁਸੀਂ ਵੀਰੇ ਨਾਲ ਗੱਲਬਾਤ ਕਰ ਸਕਦੇ ਹੋ, ਕਿਉਂਕਿ ਗੱਲਬਾਤ ਕਰਨ ਨਾਲ ਇੱਕ ਹੌਸਲਾ ਹੋ ਜਾਂਦਾ, ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਕਹਿੰਦੇ ਪਿੱਠ 'ਤੇ ਹੱਥ ਮਾਰ ਕੇ ਬੰਦਾ ਇੱਕ ਵਾਰ ਕਹਿ ਦੇਵੇ ਨਾ ਕੋਈ ਗੱਲ ਨਹੀਂ ਤੇਰੇ ਨਾਲ ਆ ਸ਼ੇਰਾ, ਤਾਂ ਬੰਦੇ ਦਾ ਹੌਸਲਾ ਦੁੱਗਣਾ ਤਿੱਗਣਾ ਹੋ ਜਾਂਦਾ। ਮੈਂ ਚਾਹੁੰਦਾ ਹੋਰ ਕੁਛ ਨਹੀਂ ਤਾਂ ਵੀਰੇ ਨਾਲ ਇੱਕ ਵਾਰ ਤੁਸੀਂ ਗੱਲ ਕਰੋਗੇ ਤਾਂ ਹੋ ਸਕਦਾ ਵੀਰੇ ਦਾ ਜਿਹੜਾ ਹੌਸਲਾ ਮਨੋਬਲ ਹੈ ਉਹ ਦੁੱਗਣੀ ਤਿੱਗਣੀ ਤੇਜ਼ੀ ਦੇ ਨਾਲ ਹੋਰ ਵੱਜੇ। ਵੈਸੇ ਤਾਂ ਬੜਾ ਦ੍ਰਿੜ ਨਿਸ਼ਚੇ ਕਰ ਚੁੱਕੇ ਨੇ ਕਿ ਦੁਬਾਰਾ ਫਿਰ ਤੋਂ ਖੜ੍ਹੇ ਹੋਣਗੇ ਅਤੇ ਹੋਣਗੇ ਵੀ, ਮੈਂ ਚਾਹੁੰਦਾ। ਪਰ ਤੁਸੀਂ ਇੱਕ ਵਾਰ ਪਰਸਨਲੀ ਗੱਲ ਜ਼ਰੂਰ ਕਰਿਓ,
ਸ਼ਖਸੀਅਤਾਂ ਨੂੰ ਰੂਹਾਂ ਨੂੰ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੌਰਾਨ ਵੀ ਵੱਡੇ ਸਾਕੇ ਕਰ ਦਿੱਤੇ ਨੇ ਅਤੇ ਇੱਕ ਐਸੀ ਚੀਜ਼ ਕਰ ਦਿੱਤੀ ਹੈ ਵੀ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਜਦ ਵੀ ਕਿਸਾਨੀ ਸੰਘਰਸ਼ ਦਾ ਜ਼ਿਕਰ ਹੋਊਗਾ ਤਾਂ ਇਹਨਾਂ ਰੂਹਾਂ ਦਾ ਨਾਮ ਜ਼ਰੂਰ ਲਿਆ ਜਾਊਗਾ। ਇਹਨਾਂ ਰੂਹਾਂ ਨੂੰ, ਇਹਨਾਂ ਹੋਰ ਸ਼ਖਸੀਅਤਾਂ ਨੂੰ ਸਮੇਂ ਸਿਰ ਤੁਹਾਡੇ ਤੱਕ ਸਾਂਝਾ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਅਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।